ਬਾਬੇ ਫਰੀਦ ਦੀ ਮਾਂ ਨੇ ਬਾਬੇ ਫਰੀਦ ਨੂੰ ਉਹ ਗਲ ਨਾਲ ਲਾਇਆ, ਨਾਮ ਜਪਾਇਆ, ਭਗਤੀ ਕਰਾਈ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਿਜਦਾ ਕਰਦੇ ਹਾਂ, ਬਾਬਾ ਫਰੀਦ ਸਾਹਿਬ ਨੂੰ ਵੀ ਨਮਸਕਾਰਾਂ। ਧਿਆਨ ਦਿਓ, ਬੱਚੇ ਦੀ ਜ਼ਿੰਦਗੀ ਵਿੱਚ ਮਾਂ ਦਾ ਬਹੁਤ ਵੱਡਾ ਰੋਲ ਹੈ। ਮਾਂ ਚਾਹੇ ਡਾਕਟਰ ਬਣਾ ਸਕਦੀ, ਮਾਂ ਚਾਹੇ ਅਫਸਰ ਬਣਾ ਸਕਦੀ ਹੈ, ਮਾਂ ਚਾਹੇ ਇੰਜੀਨੀਅਰ ਬਣਾ ਸਕਦੀ ਹੈ, ਪਰ ਚੇਤੇ ਰੱਖਿਓ, ਮਾਂ ਚਾਹੇ ਤੇ ਚੋਰ ਵੀ ਬਣ ਸਕਦਾ, ਮਾਂ ਚਾਹੇ ਤੇ ਸ਼ਰਾਬੀ ਵੀ ਬਣ ਸਕਦਾ। ਤੇ ਧੰਨ ਸੀ ਉਹ ਮਾਂ, ਲਾਲਚ ਦਿੱਤਾ ਸੀ ਇੱਕ ਵਾਰੀ ਬਾਬਾ ਫਰੀਦ ਸਾਹਿਬ ਦੀ ਮਾਂ ਆਪਣੇ ਪੁੱਤ ਨੂੰ ਐਂ ਗਲਵੱਕੜੀ 'ਚ ਲੈ ਕੇ ਆਖਣ ਲੱਗੀ, ਪੁੱਤ ਉਹ ਗੱਲ ਸੁਣ ਫਰੀਦਾ, ਤੂੰ ਨਾਮ ਜਪਿਆ ਕਰ, ਤੂੰ ਭਗਤੀ ਕਰਿਆ ਕਰ। ਬਾਬਾ ਫਰੀਦ ਸਾਹਿਬ ਆਖਣ ਲੱਗੇ, ਕਹਿੰਦੇ ਅੱਛਾ ਮਾਤਾ, ਜੇ ਮੈਂ ਨਾਮ ਜਪਾਂਗਾ, ਜੇ ਭਗਤੀ ਕਰਾਂਗਾ, ਬੰਦਗੀ ਕਰਾਂਗਾ, ਕੀ ਹੋਏਗਾ ਫਿਰ, ਕੀ ਮਿਲੇਗਾ? ਮਾਂ ਨੂੰ ਪਤਾ ਸੀ ਬੱਚਿਆਂ ਨੂੰ ਮਿੱਠੇ ਨਾਲ ਪਿਆਰ ਹੁੰਦਾ। ਕਹਿੰਦੀ ਪੁੱਤ ਗੱਲ ਸੁਣ, ਜੇ ਤੂੰ ਭਗਤੀ ਕਰੇਗਾ ਨਾ, ਜੇ ਤੂੰ ਬੰਦਗੀ ਕਰੇਗਾ, ਰੱਬ ਤੈਨੂੰ ਗੁੜ ਦਿਆ ਕਰੇਗਾ। ਐ ਲਾਲ ਚਲਾਇਆ, ਰੱਬ ਤੈਨੂੰ ਗੁੜ ਦੇਵੇਗਾ। ਮਾਤਾ ਇੱਕ ਦਿਨ ਦੇਗਾ ਜਾਂ ਜਿੰਨੀ ਵਾਰ ਭਗਤੀ ਕਰਾਂਗਾ ਉਨੀ ਵਾਰ? ਪੁੱਤ ਜਦੋਂ ਤੂੰ ਨਾਮ ਜਪਿਆ ਕਰੇਗਾ, ਜਿੰਨੀ ਵਾਰ ਭਜਨ ਕਰੇਗਾ, ਉਨੀ ਵਾਰ ਗੁੜ ਮਿਲੇਗਾ। ਅੱਛਾ, ਬੱਚਿਆਂ ਦਾ ਮਿੱਠੇ ਨਾਲ ਪਿਆਰ ਹੁੰਦਾ ਹੈ, ਮਿੱਠੇ ਨਾਲ ਮੋਹ ਹੁੰਦਾ ਹੈ। ਦੂਸਰੇ ਦਿਨ ਹੀ ਮਾਂ ਨੇ ਆਸਣ ਵਿਛਾਇਆ, ਸੁਣਿਓ, ਬਾਬਾ ਫਰੀਦ ਸਾਹਿਬ ਜੀ ਦੀ ਮਾਤਾ ਨੇ ਆਸਣ ਵਿਛਾਇਆ, ਆਸਣ ਵਿਛਾ ਕੇ ਨਾ ਥੱਲੇ ਗੁੜ ਦੀ ਰੋੜੀ ਰੱਖਦੀ, ਗੁੜ ਦੀ ਰੋੜੀ ਰੱਖੀ। ਫਰੀਦਾ ਉੱਠ ਪੁੱਤ, ਨਾਮ ਜਪ। ਇਸ਼ਨਾਨ ਪਾਣ ਕੀਤਾ, ਸੁੱਚੇ ਬਸਤਰ ਪਾਏ। ਪਹਿਲੇ ਦਿਨ ਬਾਬਾ ਫਰੀਦ ਸਾਹਿਬ ਜਦੋਂ ਆਸਣ ਤੇ ਬੈਠੇ, ਭਗਤੀ ਕਰਨ ਲੱਗੇ, ਨਾਮ ਜਪਿਆ, ਬੰਦਗੀ ਕੀਤੀ, ਬਾਲ ਅਵਸਥਾ ਸੀ। ਕਹਿੰਦੇ ਭਗਤੀ ਪੂਰੀ ਕਰਕੇ ਜਦੋਂ ਉੱਠੇ ਨੇ, ਮਾਂ ਨੇ ਆਖਿਆ, ਪੁੱਤ ਕਰ ਲਿਆ ਜਪ ਤਾਂ? ਹਾਂ ਮਾਂ, ਤੂੰ ਕਹਿੰਦੀ ਸੀ ਰੱਬ ਗੁੜ ਦੇਗਾ, ਕਿੱਥੇ ਗੁੜ? ਕਹਿੰਦੀ ਪੁੱਤ ਆ ਚੁੱਕ, ਹਾਂ ਭਲਾ ਆਸਣ ਚੁੱਕ। ਜਦੋਂ ਐ ਨੁੱਕਰ ਚੁੱਕੀ ਚਾਦਰ ਦੀ, ਥੱਲੇ ਗੁੜ ਦੀ ਰੋੜੀ ਪਈ। ਜਦੋਂ ਐ ਪੁੱਤ ਚੁੱਕ, ਗੁੜ ਲਿਆ, ਖਾਧਾ, ਇੰਨਾ ਮਿੱਠਾ ਗੁੜ। ਕਹਿੰਦਾ ਮਾਂ, ਜੇ ਰੋਜ਼ ਭਗਤੀ ਕਰਾਂਗਾ, ਰੱਬ ਰੋਜ਼ ਗੁੜ ਦੇਵੇਗਾ? ਕਹਿੰਦੇ ਰੋਜ਼? ਮਾਤਾ ਇੰਨਾ ਪਿਆਰ ਕਰਦਾ ਮਾਲਕ, ਗੁੜ ਦਿੰਦਾ। ਸਤਸੰਗ ਜੀ, ਮਿੱਠਾ ਮਿਲ ਗਿਆ, ਲਾਲਚ ਲੱਗ ਗਿਆ, ਰੋਜ਼ ਨਾਮ ਜਪਦਾ। ਇੱਕ ਦਿਨ, ਦੋ ਦਿਨ, ਚਾਰ ਦਿਨ, ਬਾਬਾ ਫਰੀਦ ਸਾਹਿਬ ਅੰਮ੍ਰਿਤ ਵੇਲੇ ਉੱਠ ਕੇ ਬਹਿੰਦੇ ਨੇ, ਉੱਠਦੇ ਨੇ, ਗੁੜ ਮਿਲ ਜਾਂਦਾ। ਐਡੀ ਲਗਨ ਲੱਗੀ ਬਾਬਾ ਜੀ ਨੂੰ, ਬਾਬਾ ਫਰੀਦ ਸਾਹਿਬ ਨੂੰ ਐਸੀ ਲਗਨ ਲੱਗੀ, ਰੋਜ਼ ਗੁੜ ਛਕਦੇ ਨੇ, ਭਜਨ ਕਰਦੇ ਨੇ, ਗੁੜ ਮਿਲਦਾ, ਭਜਨ ਕਰਦੇ ਨੇ। ਇੱਕ ਦਿਨ ਨਾ ਮਾਂ ਰਿਸ਼ਤੇਦਾਰੀ 'ਚ ਚਲੀ, ਕਵੇਲਾ ਹੋ ਗਿਆ, ਕਵੇਲਾ ਹੋ ਗਿਆ। ਮਾਂ ਜਦੋਂ ਰਿਸ਼ਤੇਦਾਰੀ 'ਚ ਗਈ, ਬਾਬਾ ਫਰੀਦ ਸਾਹਿਬ ਆਪਣਾ ਆਸਣ ਚੁੱਕਦੇ ਨੇ, ਜਿਹੜੀ ਚਾਦਰ 'ਤੇ ਬਹਿ ਕੇ ਭਗਤੀ ਕਰਦੇ ਸੀ, ਆਸਣ ਚੁੱਕਦੇ ਨੇ ਤੇ ਐਂ ਵਿਛਾਇਆ। ਜਦੋਂ ਕਵੇਲਾ ਹੋ ਗਿਆ ਤੇ ਮਾਂ ਨੂੰ ਫਿਕਰ ਲੱਗ ਗਿਆ ਕਿ ਨਹੀਂ, ਮੈਂ ਇੱਥੇ ਫਿਰਦੀ ਹਾਂ, ਅੱਗੇ ਰੋਜ਼ ਗੁੜ ਰੱਖਦੀ ਸੀ ਚਾਦਰ ਦੇ ਥੱਲੇ, ਉਹ ਨਾਮ ਜਪਦਾ ਸੀ ਤੇ ਉੱਠਦਾ ਸੀ, ਗੁੜ ਖਾਂਦਾ ਸੀ,
ਅੱਜ ਮੈਂ ਦੂਰ ਹਾਂ, ਮੇਰਾ ਪੁੱਤ ਬੈਠੇਗਾ ਸਿਮਰਨ ਤੇ, ਜਦੋਂ ਉੱਠੇਗਾ ਗੁੜ ਨਹੀਂ ਮਿਲਣਾ। ਯਕੀਨ ਟੁੱਟ ਜਾਣਾ, ਵਿਸ਼ਵਾਸ ਟੁੱਟ ਜਾਏਗਾ। ਬੱਚਿਆਂ ਦਾ ਯਕੀਨ ਕਿੱਡਾ ਕੁ ਹੁੰਦਾ, ਇੱਕ ਵਾਰੀ ਥੁੜਕ ਗਿਆ ਨਾਮ ਨਾਲੋਂ ਮੁੜ ਕੇ ਨਹੀਂ ਜੁੜੇਗਾ, ਕੀ ਕਰਾਂ ਹੁਣ। ਸਤਸੰਗ ਜੀ, ਉਸ ਵੇਲੇ ਬਾਬਾ ਫਰੀਦ ਸਾਹਿਬ ਜੀ ਦੀ ਮਾਤਾ ਕਹਿੰਦੀ ਗੁੜ ਰੱਖਣਾ ਵੀ ਭੁੱਲ ਗਈ ਤੇ ਆਸਣ ਵਿਛਾਉਣਾ ਵੀ ਭੁੱਲ ਗਈ। ਇੱਧਰ ਬਾਬਾ ਫਰੀਦ ਸਾਹਿਬ ਜਦੋਂ ਸਮਾਂ ਹੋਇਆ ਸਿਮਰਨ ਕਰਦੇ ਸੀ ਤੇ ਚੌਂਕੜਾ ਮਾਰ ਕੇ ਬਹਿ ਗਏ, ਬੰਦਗੀ ਕਰਨ ਵਾਸਤੇ ਚੌਂਕੜਾ ਮਾਰ ਕੇ ਬੈਠੇ, ਨਾਮ ਜਪਦੇ ਭਗਤੀ ਕਰਦੇ ਨੇ ਅੱਗੇ ਜਿਵੇਂ ਰੋਜ਼ ਬਹਿੰਦੇ ਸੀ, ਅੱਜ ਵੀ ਬਹਿ ਗਏ। ਜਦੋਂ ਬੰਦਗੀ ਕਰਕੇ ਭਜਨ ਕਰਕੇ ਉੱਠੇ ਉੱਠੇ, ਕਹਿੰਦੇ ਚਾਦਰ ਚੁੱਕੀ, ਪਹਿਲਾਂ ਮਾਂ ਗੁੜ ਰੱਖਦੀ ਸੀ, ਬਾਬਾ ਫਰੀਦ ਸਾਹਿਬ ਚੁੱਕ ਕੇ ਖਾਂਦੇ ਸੀ, ਮਾਂ ਅੱਜ ਵਾਂਢੇ ਗਈ ਹੈ ਤੇ ਗੁੜ ਨਹੀਂ ਰੱਖਿਆ। ਬਾਬਾ ਫਰੀਦ ਸਾਹਿਬ ਉੱਠੇ ਤੇ ਚਾਦਰ ਚੁੱਕੀ, ਥੱਲੇ ਦੋ ਗੁੜ ਦੀਆਂ ਰੋੜੀਆਂ ਪਈਆਂ। ਸਤਸੰਗ ਜੀ, ਬਾਬਾ ਫਰੀਦ ਸਾਹਿਬ ਨੂੰ ਤਾਂ ਕੁਛ ਵੀ ਨਹੀਂ, ਉਹਨਾਂ ਨੂੰ ਗੁੜ ਰੋਜ਼ ਹੀ ਮਿਲਦਾ ਸੀ, ਚੁੱਕਿਆ ਤੇ ਖਾਧਾ, ਇੰਨਾ ਰਸ ਆਇਆ। ਮਾਂ ਦੌੜੀ ਦੌੜੀ ਆਈ, ਭੱਜੀ ਆਈ, ਫਰੀਦ ਸਾਹਿਬ ਨੂੰ ਆ ਕੇ ਵੇਖਿਆ ਨਾ ਜਦੋਂ ਮਾਂ ਨੇ, ਬਾਬਾ ਫਰੀਦ ਸਾਹਿਬ ਇੰਨੇ ਖੁਸ਼, ਪੁੱਤ ਤੂੰ ਭਜਨ ਕਰ ਲਿਆ, ਐ ਪੁੱਛਦੀ, ਪੁੱਤ ਤੂੰ ਭਜਨ ਕਰ ਲਿਆ, ਗੁੜ ਰੱਖਣਾ ਭੁੱਲ ਗਈ, ਪਤਾ ਨਹੀਂ ਫਰੀਦ ਕੀ ਬੋਲੇਗਾ ਅੱਜ। ਮਾਂ ਮੈਂ ਭਜਨ ਕਰ ਲਿਆ, ਮਾਤਾ ਤੈਨੂੰ ਇੱਕ ਗੱਲ ਦੱਸਾਂ, ਬਾਬਾ ਫਰੀਦ ਸਾਹਿਬ ਬੋਲਦੇ ਨੇ, ਮਾਂ ਤੈਨੂੰ ਇੱਕ ਗੱਲ ਦੱਸਾਂ, ਕਹਿੰਦੇ ਜਿਹੜਾ ਮੈਂ ਅੱਗੇ ਗੁੜ ਖਾਂਦਾ ਸੀ ਮਿੱਠਾ ਤਾਂ ਸੀ, ਮਾਤਾ ਜਿਹੜਾ ਮੈਨੂੰ ਅੱਜ ਭਜਨ ਦਾ ਫਲ ਮਿਲਿਆ, ਜਿਹੜਾ ਸਿਮਰਨ ਕਰਕੇ ਅੱਜ ਗੁੜ ਮਿਲਿਆ, ਉਹ ਮਾਤਾ ਇੰਨਾ ਸਵਾਦ ਗੁੜ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਕਦੇ ਖਾਂਦਾ। ਨਿਹਾ ਐਸਾ ਗੁੜ ਮੈਂ ਨਹੀਂ ਖਾਂਦਾ। ਸਤਸੰਗ ਜੀ, ਮਾਂ ਕਹਿੰਦੀ ਪੁੱਤ ਅੱਜ ਤਾਂ ਗੁੜ ਰੱਖਿਆ ਇੱਕ, ਮੈਂ ਤਾਂ ਗੁੜ ਰੱਖਣਾ ਭੁੱਲ ਗਈ, ਮੈਂ ਅੱਜ ਨਹੀਂ ਗੁੜ ਰੱਖਿਆ, ਅੱਗੇ ਮੈਂ ਰੱਖਦੀ ਸੀ। ਕਹਿੰਦਾ ਮਾਤਾ ਕਿਉਂ ਝੂਠ ਬੋਲਦੀ, ਮੈਂ ਗੁੜ ਛਕਿਆ। ਬਾਬਾ ਫਰੀਦ ਸਾਹਿਬ ਦੀ ਮਾਤਾ, ਸਤਸੰਗ ਜੀ, ਦੁਨੀਆ ਯਕੀਨ ਤੋੜ ਸਕਦੀ ਹੈ, ਸੰਸਾਰ ਯਕੀਨ ਤੋੜ ਸਕਦਾ, ਦੁਨੀਆ ਦੇ ਲੋਕ ਮਤਲਬ ਹੀ ਨੇ ਇਹ ਯਕੀਨ ਤੋੜ, ਵਿਸ਼ਵਾਸ ਤੋੜ ਸਕਦੇ ਨੇ। ਰੱਬ ਦੇ ਪਿਆਰੇ, ਅਕਾਲ ਪੁਰਖ ਵਾਹਿਗੁਰੂ ਉਹ ਨਹੀਂ ਕਦੇ ਯਕੀਨ ਤੋੜਦਾ। ਸਾਡੇ ਵਰਗੇ ਲੰਗਰ ਲਾਉਣ ਸਾਨੂੰ ਫਿਕਰ ਪਿਆ ਹੁੰਦਾ ਵੀ ਕੁੜੀ ਦਾ ਵਿਆਹ ਰੱਖਿਆ, ਮੁੰਡੇ ਦਾ ਵਿਆਹ ਰੱਖਿਆ, ਕੋਈ ਚੀਜ਼ ਥੋੜੀ ਨਾ ਜਾਏ। ਰੱਬ ਦੇ ਪਿਆਰੇ ਤੁਸੀਂ ਐਸੇ ਵੇਖੇ ਹੋਣਗੇ, ਕਹਿੰਦੇ ਬਾਬਾ ਜੀ ਇਕੱਠ ਜ਼ਿਆਦਾ ਹੋ ਗਿਆ, ਲੰਗਰ ਘੱਟ ਬਣਾਇਆ, ਕਹਿੰਦੇ ਕੱਪੜਾ ਪਾ ਦਿਓ ਤੇ ਵਰਤਾਈ ਚੱਲੋ, ਕੁਛ ਨਹੀਂ ਥੁੜਦਾ ਇੱਥੇ। ਬੜੇ ਐਸੇ ਸਾਧੂ ਵੇਖੇ ਨੇ, ਕੌਣ ਕਰ ਜਾਂਦਾ ਆ ਕੇ, ਕੌਣ ਹਾਮੀਆਂ ਭਰ ਜਾਂਦਾ ਹੈ, ਕੌਣ ਚਾਦਰਾਂ ਥੱਲੇ ਗੁੜ ਰੱਖ ਗਿਆ। ਬਾਬੇ ਫਰੀਦ ਦੀ ਮਾਤਾ ਕਹਿੰਦੀ ਕਮਾਲ ਹੋ ਗਈ, ਅੱਗੇ ਤਾਂ ਮੈਂ ਰੱਖਦੀ ਸੀ, ਅੱਜ ਮੈਂ ਨਹੀਂ ਰੱਖਿਆ, ਕੌਣ ਰੱਖ ਗਿਆ।
ਮਾਂ ਜੇ ਤੂੰ ਗੁੜ ਨਹੀਂ ਰੱਖਿਆ ਫਿਰ ਰੱਖਿਆ ਕਿਹਨੇ? ਫਰੀਦਾ, ਉਹ ਤੇਰੀ ਭਗਤੀ ਪੂਰੀ ਹੋ ਗਈ। ਬਾਬੇ ਫਰੀਦ ਦੀ ਮਾਂ ਕਹਿੰਦੀ ਸੀ, ਹਰੀਆ ਪਕਰਨ ਲਈ ਆਏ ਕਾਰਜ ਸੰਤਾਂ ਦੇ, ਆ ਪਕਰਨ ਲਈ ਆ ਗਏ ਕਾਰਜ ਸੰਤਾਂ ਦੇ, ਨਹੀਂ ਆਏ ਕਾਰਜ ਸੰਤਾਂ ਦੇ, ਆਪ ਕਰਨ ਲਈ ਆਏ ਕਾਰਜ ਸੰਤਾਂ ਦੇ, ਆਪ ਕਰਨ ਲਈ ਆਏ ਕਾਰਜ ਸੰਤਾਂ ਦੇ। ਤੇਰੇ ਰੰਗਾਂ ਦਾ ਕੋਈ ਭੇਦ ਨਹੀਂ ਮਾਲਕ ਦੇ ਰੰਗ ਦਾ। ਉਹਨੇ ਬਚਪਨ ਵਿੱਚ ਆਪਣਾ ਸਿਮਰਨ ਕਿਸੇ ਦੇ ਹਿਰਦੇ 'ਚ ਟਿਕਾ ਦੇਣਾ ਹੈ, ਤੇ ਕਈਆਂ ਨੂੰ ਚੱਲਦਿਆਂ ਨੂੰ 70-70 ਸਾਲ ਹੋ ਗਏ, ਤੇ ਕਈਆਂ ਨੂੰ 7-7 ਜਨਮ ਵੀ ਹੋ ਗਏ, ਅਜੇ ਖੇਡ ਨਹੀਂ ਬਣੀ। ਕੀ ਚਾਹੁੰਦਾ ਮਾਲਕ, ਕਿਹੜੇ ਰੰਗ 'ਚ ਖੇਡਦਾ ਹੈ, ਇਹ ਉਹੀ ਜਾਣ ਸਕਦਾ। ਤੇਰੇ ਰੰਗਾਂ ਦਾ ਭੇਦ ਨਾ ਆਵੇ, ਉਹ ਦੁਨੀਆ ਬਣਾਉਣ ਵਾਲਿਆ, ਤੇਰੇ ਰੰਗਾਂ ਦਾ ਭੇਦ ਨਾ ਆਵੇ, ਦੁਨੀਆ ਬਣਾਉਣ ਵਾਲਿਆ, ਤੇਰੇ ਰੰਗਾਂ ਦਾ ਭੇਦ ਨਾ ਆਵੇ, ਉਹ ਦੁਨੀਆ ਬਣਾਉਣ ਵਾਲਿਆ, ਵਾਹ ਵਾਹ ਵਾਹ, ਕੋਈ ਭੇਦ ਨਹੀਂ। ਸਤਸੰਗ ਜੀ, ਉਸ ਵੇਲੇ ਮਾਂ ਨੇ ਆਖਿਆ, ਪੁੱਤ ਮੈਂ ਅੱਗੇ ਗੁੜ ਰੱਖਦੀ ਸੀ, ਅੱਜ ਨਹੀਂ ਰੱਖਿਆ। ਮਾਲਕ ਨੇ ਖੁਸ਼ ਹੋ ਕੇ ਤੈਨੂੰ ਗੁੜ ਦਿੱਤਾ ਫਰੀਦਾ, ਤੇਰੀ ਭਗਤੀ ਪੂਰੀ ਹੋ, ਤੇਰੀ ਬੰਦਗੀ, ਤੇਰਾ ਜਪ ਤਪ ਪੂਰਾ ਹੋ ਗਿਆ, ਹੁਣ ਤੇਰਾ ਘਰ ਬਹਿਣ ਦਾ ਟਾਈਮ ਨਹੀਂ। ਧੰਨ ਸੀ ਉਹ ਮਾਂ, ਕਹਿੰਦੀ ਤੁਰ ਜਾ ਜੰਗਲਾਂ 'ਚ, ਕਰ ਭਗਤੀ, ਰੱਬ ਦੀ ਪ੍ਰਾਪਤੀ ਕਰ। ਸਤਸੰਗ ਜੀ, ਮਾਂ ਨੇ ਬਾਬਾ ਫਰੀਦ ਸਾਹਿਬ ਨੂੰ ਲਗਨ ਲਾਈ, ਜਦੋਂ ਤੋਰਿਆ 12 ਸਾਲ ਭਗਤੀ ਕੀਤੀ ਸੀ, ਫਿਰ 12 ਸਾਲ 12 ਸਾਲਾਂ ਬਾਅਦ ਭਗਤੀ ਕਰਕੇ ਜਦੋਂ ਘਰ ਆਏ ਨਾ, ਪੁੱਤ ਮਿਲ ਗਿਆ ਰੱਬ। ਮਾਂ ਬੜਾ ਆਨੰਦ ਹੈ ਸਿਮਰਨ ਵਿੱਚ, ਬੜਾ ਆਨੰਦ ਹੈ ਭਗਤੀ 'ਚ। ਮਾਂ ਕਹਿਣ ਲੱਗੀ, ਕਹਿੰਦੀ ਪੁੱਤ ਆ ਜਾ, ਤੇਰੇ ਕੇਸ ਵਾਹਵਾਂ, ਵੇਖ ਜੱਟਾਂ ਬਣੀਆਂ ਪਈਆਂ। ਮਾਂ, ਉੱਥੇ ਕੌਣ ਸੀ ਵਾਹੁਣ ਵਾਲਾ? ਕੋਈ ਵੀ ਨਹੀਂ, ਜੰਗਲਾਂ 'ਚ ਤਾਂ ਫਿਰਦਾ ਸੀ। ਮਾਂ ਕੇਸ ਵਾਹੁਣ ਲੱਗੀ, ਬਾਬਾ ਫਰੀਦ ਸਾਹਿਬ ਕਹਿੰਦੇ, ਮਾਂ ਤਾਂ ਹੋਲੀ ਪੱਟ, ਹੋਲੀ ਵਾਹ ਕੇਸ। ਕਿਉਂ ਪੁੱਤ? ਮਾਤਾ, ਮੈਨੂੰ ਦਰਦ ਹੁੰਦਾ ਹੈ, ਮੈਨੂੰ ਪੀੜ ਹੁੰਦੀ ਏ, ਮੇਰੇ ਕੇਸ ਹੋਲੀ ਵਾਹ। ਮਾਂ ਪਤਾ ਕੀ ਕਹਿੰਦੀ? ਕਹਿੰਦੀ, ਗੱਲ ਸੁਣ, ਤੇਰੇ ਮੈਂ ਕੇਸ ਪੱਟੇ ਨੇ ਤੇ ਤੈਨੂੰ ਦਰਦ ਹੁੰਦਾ ਹੈ। ਜਦੋਂ ਜੰਗਲਾਂ 'ਚ ਭੁੱਖ ਲੱਗਦੀ ਸੀ ਕੀ ਖਾਂਦਾ ਸੀ? ਭਗਤੀ ਕਰਦਾ ਸੀ। ਜੰਗਲਾਂ 'ਚ ਭੁੱਖ ਲੱਗਦੀ ਸੀ ਕੀ ਕਰਦਾ ਸੀ ਉੱਥੇ? ਕਹਿੰਦਾ, ਮਾਂ ਮੈਂ ਦਰਖਤਾਂ ਦੇ ਸੱਕ ਲਾ ਲਾ ਖਾਂਦਾ ਸੀ। ਮਾਂ ਕਹਿੰਦੀ, ਤੇਰੀ ਭਗਤੀ ਅਜੇ ਅਧੂਰੀ ਏ। ਮਾਂ ਕਹਿ ਰਹੀ ਪੁੱਤ ਨੂੰ, 12 ਸਾਲਾਂ ਬਾਅਦ ਆਇਆ ਹੋਵੇ, ਮਾਂ ਕਿਉਂ ਭਗਤੀ ਅਧੂਰੀ? ਉਹ ਗੱਲ ਸੁਣ, ਤੇਰੇ ਕੇਸ ਪੱਟੇ ਤੈਨੂੰ ਪੀੜ ਹੁੰਦੀ ਏ, ਜਿਹੜੇ ਦਰਖਤਾਂ ਦੇ ਪੱਤੇ ਲਾ ਲਾ ਖਾਧੇ ਨੇ, ਦਰਖਤਾਂ ਨੂੰ ਪੀੜ ਨਾ ਹੋਈ ਹੋਈ? ਜਾ ਚੱਲਿਆ ਜਾ ਦੁਬਾਰਾ, ਕੋਈ ਭਗਤੀ ਪੂਰੀ। 12 ਸਾਲ ਪਹਿਲਾਂ ਲਾਏ, 12 ਸਾਲ ਫੇਰ ਦੁਬਾਰਾ, 24 ਸਾਲ ਦਾ ਤਪ ਕੀਤਾ। 24 ਸਾਲ ਦੇ ਤਪ ਕਰਨ ਤੋਂ ਬਾਅਦ ਸਤਸੰਗ ਜੀ, ਉਹ ਬਾਬਾ ਫਰੀਦ ਸਾਹਿਬ ਆਏ ਵਾਪਸ ਘਰ ਨੂੰ, ਮੁੜੇ ਆਉਂਦੇ ਨੇ, ਪਿਆਸ ਲੱਗ ਗਈ ਪਾਣੀ ਦੀ। ਇੱਕ ਦਿਨ ਬੰਦਗੀ 'ਚ ਬੈਠੇ ਸੀ ਬਾਬਾ ਫਰੀਦ ਸਾਹਿਬ,
ਬੰਦਗੀ ਚ ਬੈਠੇ ਚਿੜੀਆਂ ਰੌਲਾ ਪਾਉਂਦੀਆਂ, ਕਹਿੰਦਾ ਮਰ ਜਾਓ ਉਸੇ ਵੇਲੇ ਮਰ ਗਈਆਂ, ਉੱਠ ਜਾਓ ਉਸੇ ਵੇਲੇ ਉੱਡ ਗਈਆਂ। ਐਡੀ ਅਜ਼ਮਤ, ਮਾਣ ਆ ਗਿਆ, ਕਹਿੰਦੇ ਪਾ ਲਿਆ ਰੱਬ। ਘਰ ਨੂੰ ਜਾਂਦੇ ਨੇ 24 ਸਾਲਾਂ ਬਾਅਦ, ਇੱਕ ਬੀਬੀ ਨਾ ਖੂਹ ਤੇ ਖੜੀ, ਪਾਣੀ ਭਰਦੀ ਏ ਤੇ ਡੋਲੀ ਜਾਂਦੀ। ਬਾਬਾ ਫਰੀਦ ਸਾਹਿਬ ਆਖਣ ਲੱਗੇ, ਕਹਿੰਦੇ ਬੀਬਾ ਪਾਣੀ ਪਿਆ ਦੇ, ਪਿਆਸ ਬੁੱਝ ਜਾਏਗੀ। ਉਹਨੇ ਕੋਈ ਧਿਆਨ ਨਹੀਂ ਦਿੱਤਾ। ਬੀਬਾ ਉਹ ਭਾਈ ਪਾਣੀ ਪਿਆ ਦੇ, ਕਹਿੰਦੀ ਇੱਥੇ ਖੜ ਜਾ ਪਿਆਉਣੀ। ਉਹਨੇ ਕੋਈ ਫੇਰ ਧਿਆਨ ਨਾ ਦਿੱਤਾ। ਫੇਰ ਬੋਲਦੇ ਬਾਬਾ ਫਰੀਦ ਸਾਹਿਬ, ਉਹ ਬੀਬਾ ਪਾਣੀ ਪਿਆ, ਮੈਨੂੰ ਪਿਆਸ ਲੱਗੀ ਏ। ਉਸ ਵੇਲੇ ਬੀਬੀ ਬੋਲੀ, ਕਹਿੰਦੀ ਫਰੀਦਾ ਮੇਰੀ ਭੈਣ ਦੇ ਘਰ ਨੂੰ ਅੱਗ ਲੱਗੀ ਹੋਈ, ਮੈਂ ਅੱਗ ਬੁਝਾਉਣੀ ਆ, ਟੇਕੇ ਖੜ ਜਾ, ਪਹਿਲਾਂ ਅੱਗ ਬੁਝਾ ਲਾਂ, ਪਾਣੀ ਫੇਰ ਪਿਆਵਾਂਗੀ, ਬਹੁਤਾ ਮਾਣ ਨਾ ਕਰੀ। ਇੱਥੇ ਕੋਈ ਚਿੜੀਆਂ ਨਹੀਂ ਜਿਹੜੀਆਂ ਤੇਰੇ ਕਹਿਣ ਤੇ ਮਰ ਜਾਣਗੀਆਂ ਤੇ ਤੇਰੇ ਕਹਿਣ ਤੇ ਉੱਡ ਜਾਣਗੀਆਂ। ਚਿੜੀਆਂ ਨਹੀਂ ਇੱਥੇ ਕੋਈ। ਜਦੋਂ ਇੰਨੀ ਗੱਲ ਬੋਲੀ, ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਕਹਿੰਦੇ ਆ ਚਿੜੀਆਂ ਮੇਰੇ ਕਹੇ ਤੇ ਮਰੀਆਂ, ਮੇਰੇ ਕਹੇ ਤੇ ਉੱਡੀਆਂ, ਇਹਨੂੰ ਕਦੇ ਵੇਖਿਆ ਵੀ ਨਹੀਂ, ਮੈਂ ਜਾਣਦਾ ਵੀ ਨਹੀਂ, ਇਹਨੂੰ ਕਿਵੇਂ ਪਤਾ ਲੱਗ ਗਿਆ? ਸਤਸੰਗ ਜੀ, ਉਸ ਵੇਲੇ ਗੁਰਮੁਖੋ ਕਹਿੰਦੇ ਬਾਬਾ ਫਰੀਦ ਸਾਹਿਬ, ਉਸ ਵੇਲੇ ਪੁੱਛਦੇ ਨੇ, ਕਹਿੰਦੇ ਤੈਨੂੰ ਕਿਵੇਂ ਪਤਾ ਲੱਗ ਗਿਆ ਇਸ ਗੱਲ ਦਾ? ਬੀਬੀ ਨੇ ਪਾਣੀ ਵਰਤਾਇਆ, ਪਾਣੀ ਡੋਲਿਆ, ਮੇਰੀ ਭੈਣ ਦੇ ਘਰ ਨੂੰ ਅੱਗ ਲੱਗੀ ਸੀ, ਉਹ ਬੁਝਾਉਂਦੀ ਸੀ, ਐਂ ਦੱਸਿਆ ਫਰੀਦ ਸਾਹਿਬ। ਕਹਿੰਦੇ ਚਿੜੀਆਂ ਮਾਰਨ ਦਾ ਤੇ ਉਡਾਉਣ ਦਾ ਤੈਨੂੰ ਕਿਵੇਂ ਪਤਾ ਲੱਗਿਆ? ਪਤਾ ਕੀ ਕਹਿੰਦੀ? ਕਹਿੰਦੀ ਜਿਹੜੀਆਂ ਰਿੱਧੀਆਂ ਸਿੱਧੀਆਂ ਤੂੰ 12 ਸਾਲ 24 ਸਾਲ ਤਪ ਕਰਕੇ ਲਈਆਂ ਨੇ ਨਾ, ਇੱਕ ਦਿਨ ਮੈਂ ਆਪਣੇ ਪਤੀ ਦੀ ਸੇਵਾ 'ਚ ਲਈ, ਇੱਕ ਦਿਨ ਦੀ ਸੇਵਾ 'ਚ। ਕਹਿੰਦੇ ਉਹ ਕਿਵੇਂ? ਮੇਰਾ ਪਤੀ ਬਾਹਰੋਂ ਕੰਮ ਤੋਂ ਆਇਆ ਸੀ, ਥੱਕਿਆ ਸੀ, ਮੈਨੂੰ ਕਹਿੰਦਾ ਪਾਣੀ ਲਿਆ, ਕਹਿੰਦੀ ਮੈਂ ਪਾਣੀ ਲਿਆਂਦਾ ਤੇ ਐਂ ਖੜੀ ਰਹੀ ਲੈ ਕੇ, ਮੇਰੇ ਆਉਂਦਿਆਂ ਨੂੰ ਅੱਖ ਲੱਗ ਗਈ, ਸੌਂ ਗਿਆ। ਕਹਿੰਦੀ ਮੈਂ ਆਖਿਆ ਜਗਾਉਣਾ ਨਹੀਂ ਨੀਂਦ 'ਚੋਂ, ਜਗਾਉਣਾ ਨਹੀਂ, ਮੈਂ ਖੜੀ ਰਹੀ ਵੀ ਰਾਤ ਨੂੰ ਉੱਠੇ, ਪਾਣੀ ਦੇਣ 'ਚ ਦੇਰ ਨਾ ਲੱਗ ਜੇ, ਪਰਮੇਸ਼ਰ ਸਮਝ ਕੇ ਮੈਂ ਸੇਵਾ ਕੀਤੀ। ਕਹਿੰਦੀ ਉਹ ਤਾਂ ਨਹੀਂ ਉੱਠਿਆ, ਦਿਨ ਚੜ੍ਹੇ ਉੱਠਿਆ, ਸਾਰੀ ਰਾਤ ਖੜੀ ਰਹੀ, ਮਾਲਕ ਨੇ ਮੈਨੂੰ ਖੁਸ਼ ਹੋ ਕੇ ਜਿਹੜੀਆਂ ਰਿੱਧੀਆਂ ਸਿੱਧੀਆਂ ਤੈਨੂੰ 24 ਸਾਲ 'ਚ ਦਿੱਤੀਆਂ ਮੈਨੂੰ ਇੱਕ ਰਾਤ 'ਚ ਮਿਲ ਗਈਆਂ। ਉੱਥੀ ਮਾਣ ਟੁੱਟ ਗਿਆ, ਉੱਥੀ ਮਨਾ, ਅਜੇ ਤਾਂ ਤੂੰ ਇਹਦੇ ਬਰਾਬਰ ਵੀ। ਬਸ ਫਿਰ ਚਲੇ ਗਏ ਜੰਗਲਾਂ 'ਚ, 12 ਸਾਲ ਦਾ ਤਪ ਕੀਤਾ, ਗੁਰੂ ਧਾਰਨ ਕੀਤਾ। ਉਹ ਗੁਰਮੁਖੋ ਮੁਰਸ਼ਦ ਜਦੋਂ ਧਾਰਨ ਕੀਤਾ ਤੇ ਫੇਰ ਕਿਤੇ ਜਾ ਕੇ ਆਸ ਜਾਗੀ, ਜੰਗਲਾਂ 'ਚ ਭਗਤੀ ਕਰਦੇ, ਬੰਦਗੀ ਕਰਦੇ ਨੇ। ਕਹਿੰਦੇ ਬਾਬਾ ਫਰੀਦ ਸਾਹਿਬ ਜੀ ਦਾ ਰੋਜ਼ ਦਾ ਕਰਮ ਸੀ ਗਰਮ ਪਾਣੀ ਕਰਕੇ ਆਪਣੇ ਮੁਰਸ਼ਦ ਨੂੰ ਇਸ਼ਨਾਨ ਕਰਾਉਣਾ। ਇੱਕ ਦਿਨ ਮੀਂਹ ਪੈ ਗਿਆ ਬੜਾ, ਚੁੱਲ੍ਹਿਆਂ 'ਚ ਅੱਗ ਮੁੱਕ ਗਈ, ਅੱਗ ਨਾ ਮਿਲੀ ਕਿਤੇ ਵੀ, ਕਿੱਥੋਂ ਅੱਗ ਲਿਆਵਾਂ? ਮੁਰਸ਼ਦ ਉੱਠਣ ਵਾਲਾ ਤੇ ਗਰਮ ਪਾਣੀ ਨਾਲ ਇਸ਼ਨਾਨ ਕਰਨਾ। ਬਾਬਾ ਫਰੀਦ ਸਾਹਿਬ ਜੀ ਆਖਣ ਲੱਗੇ, ਕਹਿੰਦੇ ਬਾਜ਼ਾਰ ਵਿੱਚ ਢੋਲਕੀ ਵੱਜਦੀ ਸੁਣਦੀ ਉੱਥੇ ਚੱਲੀਏ। ਦੀਵਾ ਜਗਦਾ ਸੀ ਵੇਸ਼ਵਾ ਦੇ ਦੁਆਰੇ ਤੇ ਢੋਲਕੀ ਵੱਜਦੀ। ਬਾਬਾ ਫਰੀਦ ਸਾਹਿਬ ਜਦੋਂ ਗਏ ਜਾ ਕੇ, ਕਹਿੰਦੇ ਮੈਨੂੰ ਅੱਗ ਚਾਹੀਦੀ। ਉਹ ਕਹਿੰਦੀ ਅੱਗ ਤੇ ਮਿਲ ਜਾਏਗੀ ਪਰ ਤੇਰੀਆਂ ਅੱਖਾਂ ਬੜੀਆਂ ਸੋਹਣੀਆਂ, ਇਹ ਚਾਹੀਦੀਆਂ, ਇਹ ਸ਼ਰਤ ਰੱਖੀ, ਅੱਖਾਂ ਬੜੀਆਂ ਸੋਹਣੀਆਂ ਤੇਰੀਆਂ। ਫਰੀਦਾ ਇੱਕ ਅੱਖ ਦੇ ਦੇ, ਦੇਰ ਨਹੀਂ ਲਾਈ। ਸਤਸੰਗ ਜੀ ਉਹ ਕਹਿੰਦੇ ਜੇ ਸਿਰ ਵੀ ਵੱਢ ਕੇ ਧਰਨਾ ਪੈ ਜੇ
ਮੈਂ ਤਾਂ ਸਿਰ ਵੀ ਦੇਣ ਨੂੰ ਤਿਆਰ ਹਾਂ, ਮੁਰਸ਼ਦ ਦੀ ਜੀ ਹਜ਼ੂਰੀ ਕਰਦਾ। ਮਾਰਿਆ ਸੁਰਾ ਅੱਖ 'ਚ, ਅੱਖ ਕੱਢ ਕੇ ਦੇਤੀ, ਅੱਗ ਲੈ ਕੇ ਚਲੇ ਗਏ ਅਸਥਾਨ 'ਤੇ, ਲੱਕੜਾਂ ਬਾਲੀਆਂ, ਪਾਣੀ ਗਰਮ ਕੀਤਾ, ਮੁਰਸ਼ਦ ਨੂੰ ਇਸ਼ਨਾਨ ਕਰਾਇਆ, ਉਹ ਬਹਿ ਗਏ ਭਜਨ 'ਚ। ਜਦੋਂ ਦਿਨ ਚੜਿਆ, ਬਾਬਾ ਫਰੀਦ ਸਾਹਿਬ ਨੇ ਅੱਖ 'ਤੇ ਪੱਟੀ ਬੰਨ੍ਹੀ ਹੋਈ, ਜਦੋਂ ਸਾਹਮਣੇ ਆਏ ਨਾ ਮੁਰਸ਼ਦ ਦੇ, ਉਹ ਪੁੱਛਦਾ ਹੈ ਫਰੀਦਾ ਪੱਟੀ ਕਿਉਂ ਬੰਨ੍ਹੀ, ਅੱਖ 'ਤੇ ਪੱਟੀ ਕਿਉਂ ਬੰਨ੍ਹੀ ਹੈ? ਹੱਥ ਜੋੜ ਕੇ ਕਹਿੰਦੇ ਮਹਾਰਾਜ ਅੱਖ ਆਈ ਹੋਈ ਹੈ, ਇਹ ਮੇਰੀ ਅੱਖ, ਜਿਹਦਾ ਅੱਖ ਪੱਕ ਜੇ, ਆਪਾਂ ਕਹਿੰਦੇ ਪੱਕ ਗਈ, ਮਹਾਰਾਜ ਅੱਖ ਆਈ ਹੋਈ ਹੈ ਮੇਰੀ। ਮੁਰਸ਼ਦ ਬੋਲਦਾ ਹੈ ਫਰੀਦਾ ਜੇ ਅੱਖ ਆਈ ਏ ਤੇ ਫਿਰ ਪੱਟੀ ਕਿਉਂ ਬੰਨੀ, ਖੋਲ ਪੱਟੀ, ਆਈ ਅੱਖ ਤੋਂ ਪੱਟੀ ਬੰਨੀ ਜਾਂਦਾ। ਕਹਿੰਦੇ ਜਦੋਂ ਆਏ ਪੱਟਾ, ਉਹ ਪੱਟੀ ਖੋਲੀ, ਕੀ ਵੇਖਦੇ ਨੇ, ਮਨਮਤ ਦੀ ਅੱਖ ਕੱਢ ਕੇ ਗੁਰਮਤ ਦੀ ਅੱਖ ਪਾਤੀ। ਬੋਲੋ ਸ਼੍ਰੀ ਵਾਹ।